ਮੇਰਾ ਨਾਮ ਰੀਤੂ ਕਮਲ ਹੈ ਜੀ। ਹਾਂਜੀ, ਕੀ ਮਾਮਲਾ ਸਰ? ਪ੍ਰੋਪਰਟੀ ਦਾ ਵਿਵਾਦ ਕੀ? ਪ੍ਰੋਪਰਟੀ ਦੇ ਵਿਵਾਦ ਦੇ ਨਾਲ ਮੇਰਾ ਕੋਈ ਲੈਣ ਦੇਣ ਨਹੀਂ ਹੈ। ਇਸ ਚੱਕਰ ਦੇ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ। ਮੇਰਾ ਦੇਵਰ ਜਤਿੰਦਰ ਕੁਮਾਰ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ। ਕਿਹੜੀ ਗੱਲ? ਦੋਨੋਂ ਭਰਾ ਆਪਸ ਵਿੱਚ 5 ਮਾਰਚ ਨੂੰ ਲੜ ਪਏ। ਕਿਸ ਗੱਲੋਂ? ਆਪਸੀ ਕੋਈ ਝਗੜੇ ਦੇ ਨਾਲ ਦੁਕਾਨ 'ਤੇ ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ, ਜਿਹਦੇ ਕਰਕੇ ਮੈਨੂੰ ਪਤਾ ਲੱਗਾ ਅਤੇ ਮੈਂ ਦੁਕਾਨ 'ਤੇ ਗਈ ਇਹਨਾਂ ਨੂੰ ਵੀ ਕੋਈ ਇਹਨਾਂ ਦਾ ਆਪਸ ਵਿੱਚ ਕੋਈ ਜ਼ਿਆਦਾ ਨੁਕਸਾਨ ਨਾ ਹੋ ਜਾਵੇ। ਉਹਨੂੰ ਮੈਂ ਇਹ ਜਾ ਕੇ ਗੱਲ ਕਹੀ ਕਿ ਜੋ ਵੀ ਤੇਰਾ ਪ੍ਰੋਪਰਟੀ ਦਾ ਝਗੜਾ ਤੇਰਾ ਆਪਣੇ ਪਿਤਾ ਜੀ ਦੇ ਨਾਲ, ਮੇਰਾ ਜਾਂ ਮੇਰੇ ਪਰਿਵਾਰ ਦੇ ਨਾਲ ਕੋਈ ਇਸ ਦਾ ਸੰਬੰਧ ਨਹੀਂ। ਉਹਨੇ ਉਸ ਚੀਜ਼ ਨੂੰ ਛੱਡ ਕੇ ਮੇਰੇ 'ਤੇ ਬਹੁਤ ਗੰਦੇ ਲਫ਼ਜ਼, ਬਹੁਤ ਅਪਸ਼ਬਦ ਜਿਹੜੇ ਕਿ ਮੈਂ ਮੇਰੇ ਕੋਲ ਦੱਸਣੇ ਵੀ ਬਹੁਤ ਜ਼ਿਆਦਾ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ, ਜਿਹੜੇ ਗੰਦੇ ਲਫ਼ਜ਼ਾਂ ਨਾਲ ਭਰੇ ਬਾਜ਼ਾਰ ਦੇ ਵਿੱਚ ਮਜੀਠਾ ਬੱਸ ਸਟੈਂਡ ਦੇ ਵਿੱਚ ਮੇਰੀ ਉਹਨੇ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ। ਉਹਦੇ ਇਨਸਾਫ ਵਾਸਤੇ ਮੈਂ ਵੂਮੈਨ ਸੈੱਲ ਦੇ ਵਿੱਚ ਇੰਸਪੈਕਟਰ ਕਵਲਪ੍ਰੀਤ ਕੌਰ ਦੇ ਕੋਲ ਪੇਸ਼ ਹੋਈ। ਉਹਨਾਂ ਨੂੰ ਮੈਂ ਆਪਣੀ ਕੰਪਲੇਂਟ ਆਪਣੇ ਹੱਥ ਨਾਲ ਲਿਖ ਕੇ ਦਿੱਤੀ, ਜੋ ਮੇਰੇ ਕੋਲ ਨਾਲ ਹੈ ਇਸ ਟਾਈਮ। ਉਹਨਾਂ ਨੇ ਮੇਰਾ ਕੇਸ ਜਿਹੜਾ, ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਮਜੀਠੇ ਨਾ ਭੇਜਿਆ ਜਾਏ। ਸ਼ਰਾਰਤੀ ਅਨਸਰ ਜਿਹੜੇ ਪੋਲੀਟੀਕਲ ਲੈਵਲ ਦੇ, ਜਿਹੜੇ ਇਸ ਘਰ ਦੇ ਬਵਾਲ ਨੂੰ ਪੋਲੀਟੀਕਲ ਲੈਵਲ ਬਣਾ ਚੁੱਕੇ ਨੇ, ਇਹਦਾ ਫਾਇਦਾ ਉਠਾ ਰਹੇ ਆ। ਮੈਨੂੰ ਇਨਸਾਫ ਨਹੀਂ ਮਿਲਣਾ, ਇਸ ਕਰਕੇ ਮੈਨੂੰ ਮੇਰੇ ਜਿਹੜੀ ਮੈਨੂੰ ਇਨਸਾਫ ਦਵਾਇਆ ਜਾਏ। ਜਾਇਦਾਦ ਦਾ ਮੇਰੇ ਨਾਲ, ਮੇਰੇ ਵੱਲੋਂ ਸਾਰੀ ਜਾਇਦਾਦ ਚਲੇ ਗਏ, ਪਰ ਜਿਹੜੀ ਮੇਰੀ ਇੱਜ਼ਤ ਦਾ ਹੋਇਆ, ਮੈਨੂੰ ਉਸ ਇੱਜ਼ਤ ਦੀ ਭਰਵਾਈ ਕੀਤੀ ਜਾਏ। ਉਹਨਾਂ ਨੇ ਮੇਰਾ ਕੇਸ ਜਿਹੜਾ, ਮੈਂ ਉਹਨਾਂ ਨੂੰ ਕਿਹਾ ਕਿ ਮੈਂ ਮਜੀਠੇ ਨਹੀਂ ਜਾਣਾ। ਉਹਨਾਂ ਨੂੰ ਮੈਂ ਕਿਹਾ ਕਿ ਕਿਸੇ DSP ਰੈਂਕ ਦੇ ਆਲਾ ਨਿਰਪੱਖ ਅਫਸਰ ਦੇ ਕੋਲ ਮੇਰਾ ਕੇਸ ਭੇਜਿਆ ਜਾਏ। ਉਹਨਾਂ ਨੇ ਮੈਨੂੰ ਦਿਹਾਤੀ ਭੇਜਿਆ, ਉੱਥੇ ਮੈਂ ਆਪਣੀ ਕੰਪਲੇਂਟ ਕੀਤੀ। ਉਹਨਾਂ ਨੇ ਮੈਨੂੰ ਇਹ ਆਸ ਦਵਾਈ ਕਿ ਤੁਹਾਨੂੰ ਇਸ ਚੀਜ਼ ਦਾ ਪੂਰਾ ਇਨਸਾਫ ਦਿੱਤਾ ਜਾਏਗਾ। ਮੈਂ ਉੱਥੇ ਵੀ ਆਪਣੀ ਕੰਪਲੇਂਟ ਕੀਤੀ ਕਿ ਮਜੀਠੇ ਥਾਣੇ ਵਿੱਚ ਮੇਰੀ ਸੁਣਵਾਈ ਨਹੀਂ ਹੋਣੀ, ਉਹ ਸ਼ਰਾਰਤੀ ਅਨਸਰ ਆ। ਸ਼ਰਾਰਤੀ ਅਨਸਰ ਇੱਕ ਔਰਤ ਹੋਣ ਦੇ ਨਾਤੇ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਿਹਾ ਉਹ, ਅਤੇ ਮੇਰੀ ਸੁਣਵਾਈ ਨਹੀਂ ਹੋਣੀ। DSP ਸਾਹਿਬ ਨੇ ਮੈਨੂੰ ਪੂਰਾ ਤਸੱਲੀ ਦਿੱਤੀ ਕਿ ਤੁਹਾਨੂੰ ਇਨਸਾਫ ਦਿੱਤਾ ਜਾਏਗਾ। 5 ਮੀਟਿੰਗ ਬੁਲਾਈਆਂ, ਮੈਂ ਉੱਥੇ ਵਾਰ ਵਾਰ ਪੇਸ਼ ਹੋਈ, ਕਦੀ ਉਹ ਜਾਂਦਾ ਸੀ ਅਤੇ ਕਦੀ ਉਹ ਨਹੀਂ ਜਾਂਦਾ ਸੀ। DSP ਦਾ ਨਾਂ ਕੀ ਨਾਮ ਸੀ? DSP ਦਾ ਨਾਂ ਦੇਸ ਰਾਜ ਤੋਂ ਬੋਲ ਜੀ। ਫਿਰ ਮੈਂ ਉਹਨਾਂ ਨੂੰ ਜਾ ਕੇ ਮਿਲੀ ਕਿ ਮੈਨੂੰ ਇਨਸਾਫ ਨਹੀਂ ਮਿਲ ਰਿਹਾ। ਉਹ ਕਹਿੰਦੇ ਤੁਹਾਡੇ ਹੱਕ ਦੇ ਵਿੱਚ ਮਜੀਠਾ ਥਾਣੇ ਰਿਪੋਰਟ ਭੇਜ ਦਿੱਤੀ ਗਈ ਹੈ, ਤੁਸੀਂ ਉੱਥੇ ਜਾ ਕੇ ਮਿਲੋ। ਮੈਂ ਮਜੀਠੇ ਆਈ ਹਾਂ ਅਤੇ ਮਜੀਠੇ ਆ ਕੇ ਕਹਾਣੀ ਜਿਹੜੀ ਗੁੱਥੀ, ਜਿਹੜੀ ਸੁਲਝਣ ਦੀ ਬਜਾਏ ਉਲਝਦੀ ਗਈ। ਇੱਕ ਔਰਤ ਹੋਣ ਦੇ ਨਾਤੇ ਮੈਨੂੰ ਇੰਨਾ ਕੁ ਹਰਾਸ ਅਤੇ ਪਰੇਸ਼ਾਨ ਅਤੇ ਟਿੱਚਰਬਾਜ਼ੀ ਅਤੇ ਮੇਰੀ ਇੱਜ਼ਤ ਦੇ ਖਿਲਾਫ ਅਪਸ਼ਬਦ ਬੋਲੇ ਜਾਂਦੇ ਸੀ, ਜਿਹੜੇ ਮੈਨੂੰ ਮੇਰੇ ਵਾਸਤੇ ਜਿਹੜਾ ਰਹਿਣਾ ਬਹੁਤ ਮੁਸ਼ਕਲ ਹੋ ਗਿਆ। ਕੀ ਚਾਹੁੰਦੇ ਹੋ ਤੁਸੀਂ? ਮੈਂ ਇਹ ਚਾਹੁੰਦੀ ਹਾਂ ਕਿ ਮੇਰੀ ਕਿਸੇ ਵੀ ਪੋਲੀਟੀਕਲ ਜਾਂ ਕਾਂਗਰਸੀ ਜਾਂ ਕਿਸੇ ਨਾਲ ਕੋਈ ਰੰਜਿਸ਼ ਨਹੀਂ। ਇੱਕ ਔਰਤ ਹੋਣ ਦੇ ਨਾਤੇ ਜਿਹੜੀ ਭਰੇ ਬਾਜ਼ਾਰ ਦੇ ਵਿੱਚ ਮੈਨੂੰ ਚਿੱਕੜ ਸ਼ਬਦ ਨਾਲ ਸੰਬੋਧਨ ਕੀਤਾ ਗਿਆ ਜਾਂ ਮੈਨੂੰ ਬਹੁਤ ਹੀ ਗੰਦੇ ਲਫ਼ਜ਼ ਕਹੇ ਗਏ ਆ ਕਿ ਜਿਹੜੇ ਮੈਂ ਦੱਸ ਹੀ ਨਹੀਂ ਸਕਦੀ। 21 ਸਾਲ ਦੀ ਜਵਾਨ ਮੇਰੀ ਬੇਟੀ ਹੈ, 19 ਸਾਲ ਦਾ ਮੇਰਾ ਬੇਟਾ, ਔਰ ਬੱਚੇ ਮੇਰੇ ਅੱਛੀ ਐਜੂਕੇਸ਼ਨ ਲੈ ਰਹੇ। ਬੇਟੀ ਮੇਰੀ ਇੰਜੀਨੀਅਰਿੰਗ ਕਰ ਰਹੀ ਹੈ, ਬੇਟਾ +2 ਕਮਰਸ ਦਾ ਸਟੂਡੈਂਟ ਹੈ, ਐਗਜ਼ਾਮ ਦੇ ਚੁੱਕਾ। ਇਸ ਚੀਜ਼ਾਂ ਦਾ ਮੇਰੇ ਬੱਚਿਆਂ 'ਤੇ ਬਹੁਤ ਗਲਤ ਪ੍ਰਭਾਵ ਪਿਆ, ਔਰ ਮੈਂ ਇਹ ਸੋਚਦੀ ਹਾਂ ਕਿ ਮੈਂ ਇੱਕ ਹੱਥ ਦੀ ਮਿਹਨਤ ਕੰਮਕਾਰ ਕਰਨ ਦੇ ਬਾਵਜੂਦ ਮੇਰੀ ਇੰਨੀ ਘਟਾਉਣ ਦੇ ਵਿੱਚ ਇੰਨੀ ਇੱਜ਼ਤ ਬੋਲੀ ਗਈ ਆ। ਆਉਣ ਵਾਲੇ ਟਾਈਮ ਦੇ ਵਿੱਚ ਮੈਂ ਆਪਣੇ ਬੱਚਿਆਂ ਦਾ ਕਈ ਕਾਰ ਵਿਹਾਰ ਕਰਨੇ ਆ ਕਿ ਮੈਨੂੰ ਇਹ ਇਨਸਾਫ ਦਿੱਤਾ ਜਾਏ। ਜਤਿੰਦਰ ਕੁਮਾਰ ਨੂੰ ਮੈਨੂੰ ਟੀਚਰ ਨਾਲ ਬੋਲਦਾ, ਮੈਂ ਇਹ ਮੰਗ ਕਰਦੀ ਹਾਂ ਕਿ ਮੈਨੂੰ ਇਨਸਾਫ ਦਿੱਤਾ ਜਾਏ। ਭਰੇ ਬਾਜ਼ਾਰ 'ਚ ਮੇਰੀ ਇੱਜ਼ਤ ਰੋਲੀ ਹੈ, ਬਸ ਮੈਨੂੰ ਉਹਦਾ ਇਨਸਾਫ ਨਹੀਂ। ਕੋਈ ਸਜ਼ਾ ਦੀ ਮੰਗ ਕਰ ਲਈ? ਸਜ਼ਾ ਇਹੀ ਮੰਗਦੀ, ਮੈਂ ਇਹੀ ਸਜ਼ਾ ਦੀ ਮੰਗ ਕਰਦੀ ਹਾਂ ਕਿ ਮੈਨੂੰ ਇਨਸਾਫ ਮਿਲੇ। ਮੇਰੇ ਕੋਲ ਹੁਣ ਜੀਣਾ ਮੁਸ਼ਕਲ ਹੋ ਚੁੱਕਿਆ। ਦਿਲ ਕਰਦਾ ਕਿ ਮੈਂ ਤੇ ਆਪਣੇ ਬੱਚਿਆਂ ਨੂੰ ਲੈ ਕੇ ਮੈਂ ਥਾਣੇ ਦੇ ਅੱਗੇ ਜਾ ਕੇ ਸੁਸਾਈਡ ਕਰ ਲਾਂ ਕਿ ਜੇ ਮੈਂ, ਕਿਉਂਕਿ ਦੇਖੋ CI ਸਟਾਫ 'ਚ ਗਈ, ਉੱਥੇ ਵੀ ਇਹ ਮਾਫ਼ੀ ਰਿਪੋਰਟ ਮੇਰੇ ਕੋਲ ਆ, ਉਹਦੀ ਮੈਂ ਕਾਪੀ ਤੁਹਾਨੂੰ ਨਾਲ ਨੱਥੀ ਕਰਦੀ ਹਾਂ ਕਿ ਮੈਂ ਗੰਦੇ ਸ਼ਬਦ ਨਹੀਂ ਬੋਲਾਂਗਾ। ਕੋਰਟ ਜੋ ਫੈਸਲਾ ਕਰੇਗੀ ਫਾਦਰ ਦੇ ਨਾਲ, ਉਹਦਾ ਇਨਸਾਫ ਮਿਲੇਗਾ। ਵੂਮੈਨ ਸੈੱਲ 'ਚ ਵੀ ਹੋਇਆ, DSP ਸਾਹਿਬ ਸਾਹਮਣੇ ਵੀ ਹੋਇਆ, ਮਜੀਠਾ ਥਾਣੇ 'ਚ ਵੀ ਹੋਇਆ। ਮੈਂ ਰੋਲ ਚੁੱਕੀ ਹਾਂ, ਉਹ ਇੱਕ ਸਾਨੂੰ ਅਮਨ ਦੇ ਨਾਲ ਰਹਿਣ ਨਹੀਂ ਦੇ ਰਿਹਾ, ਸਾਨੂੰ ਬਹੁਤ ਜ਼ਿਆਦਾ ਹਰਾਸ ਕਰ ਰਿਹਾ। ਇੱਕ ਔਰਤ ਦੀ ਜਿਹੜੀ ਮਾਨ ਹਾਨੀ, ਇੱਜ਼ਤ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ। ਮੇਰੀ ਉਹਨੇ ਇੱਜ਼ਤ ਹੀ ਇੰਨੀ ਜ਼ਿਆਦਾ ਰੋਲ ਦਿੱਤੀ ਹੈ ਕਿ ਮੈਂ ਬਹੁਤ ਜ਼ਿਆਦਾ ਦਿਮਾਗੀ ਤੌਰ 'ਤੇ ਅਪਸੈਟ ਹਾਂ, ਮੈਨੂੰ ਇਨਸਾਫ ਦਿੱਤਾ ਜਾਏ। ਮੈਂ ਇੱਕ ਸਰਕਾਰ ਸਾਡੀ ਹੋਵੇ, ਮਦਦ ਮੈਂ ਖੁੱਲ੍ਹ ਕੇ ਅੱਜ ਤੱਕ, ਜੇ ਵਾਰਡ ਦੇ ਇਲੈਕਸ਼ਨ ਰਹੇ ਆ
ਤੇ ਤਾਂ ਮੈਂ ਚਰਨਜੀਤ ਭੈਣ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਮਦਦ ਕੀਤੀ। ਉਹਨਾਂ ਨੇ ਮੈਨੂੰ ਬਹੁਤ ਉਹਨਾਂ ਨੇ ਮੇਰੀ ਮਤਲਬ ਹਿੰਮਤ ਵਧਾਈ, ਮੇਰਾ ਹੌਸਲਾ ਵਧਾਇਆ, ਉਹਨਾਂ ਨੇ ਮੇਰੀ ਮਦਦ ਕੀਤੀ। ਜੇ ਹਰਸਿਮਰਤ ਭੈਣ ਜੀ ਮਜੀਠੇ ਚਾਹੇ 35 ਜਨਾਨੀਆਂ ਲੈ ਕੇ ਮੈਂ ਆਪਣੀ ਵਾਰਡ 'ਚੋਂ 10 ਨੰਬਰ ਵਾਰਡ 'ਚੋਂ ਉਹਨਾਂ ਦੇ ਲਈ, ਉਹਨਾਂ ਨੂੰ ਹਿੰਮਤ ਵਧਾਉਣ ਲਈ, ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਚੱਲ ਕੇ ਉਹਨਾਂ ਦੀ ਮਦਦ ਨਾਲ ਤੁਰੀ। ਸਰਕਾਰ ਆਪਣੀ ਹੋਵੇ ਅਤੇ ਇੱਕ ਔਰਤ ਦੇ ਉੱਤੇ ਇੰਨੀ ਬੇਇਨਸਾਫੀ ਹੋਵੇ, ਇਹ ਕਿੱਥੋਂ ਦੀ ਕਿਹੜਾ ਗੇਮ ਹੈ? ਇਹ ਪੋਲੀਟੀਕਲ ਬੰਦੇ ਜਿਹੜੇ ਆ ਆਪਣੀਆਂ ਰੰਜਿਸ਼ਾਂ ਕੱਢਣ ਦੇ ਲੈ ਕੇ ਇੱਕ ਜਨਾਨੀ ਨੂੰ ਮੁੱਦਾ ਬਣਾ ਕੇ ਉਹਨੂੰ ਇਸਤੇਮਾਲ ਕੀਤੇ ਜਾ ਰਹੇ। ਇਸ ਚੀਜ਼ ਨੂੰ ਰੋਕ ਦਿੱਤਾ ਜਾਵੇ। ਅਤੇ ਮੇਰੇ ਦੇਵਰ ਜਤਿੰਦਰ ਕੁਮਾਰ ਨੇ ਭਰੇ ਬਾਜ਼ਾਰ 'ਚ ਜਿਹੜੀ ਮੇਰੀ ਇਨਸਲਟ ਕੀਤੀ ਆ, ਮੈਨੂੰ ਉਹਦਾ ਇਨਸਾਫ਼ ਦਵਾਇਆ ਜਾਵੇ। ਹੋਰ ਮੇਰੀ ਕਿਸੇ ਨਾਲ ਹੱਥ ਜੋੜ ਕੇ ਬੇਨਤੀ, ਕੋਈ ਜਾਤੀ, ਕੋਈ ਵੀ ਕਿਸੇ ਕਿਸਮ ਦੀ ਕੋਈ ਰੰਜਿਸ਼ ਨਹੀਂ, ਮੈਨੂੰ ਇਨਸਾਫ਼ ਚਾਹੀਦਾ ਕਿਉਂਕਿ ਮੈਂ ਇੱਕ ਬੱਚਿਆਂ ਦੀ ਮਾਂ ਹਾਂ, ਚੰਗੀ ਗ੍ਰਹਿਣੀ ਹਾਂ, ਕੰਮ ਕਾਰ ਕਰਦੀ ਹਾਂ, ਆਪਣੀ ਮਿਹਨਤ ਕਰਦੀ ਹਾਂ, ਇੰਨੇ ਸਾਲਾਂ ਤੋਂ ਮੈਂ ਕੰਮ ਕਾਰ ਕਰ ਰਹੀ ਹਾਂ, ਪਰ ਇਹਨੇ ਮੈਨੂੰ ਹੁਣ ਇੰਨਾ ਕੁ ਪਰੇਸ਼ਾਨ ਕਰ ਦਿੱਤਾ ਹੋਇਆ ਕਿ ਮੈਂ ਇਹ ਸਹਿਣ ਨਹੀਂ ਕਰ ਸਕਦੀ।